अज मेरे को देखो 82 ग्रामोफोन ने जी 82 हाँ जी ते 26,000 मेरे को एक रिकॉर्ड है जी 26,000 हाँ जी 26,000 रिकॉर्ड है जी पहला मेरे को रिकॉर्ड 1901 का वा ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਪੀਡੀ ਰਾਜਨ ਅੱਜ ਤੁਹਾਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਖਾਸ ਜਗ੍ਹਾ ਦੇ ਉੱਤੇ ਲੈ ਕੇ ਆਈ ਹਾਂ ਇੱਥੇ ਦੀਆਂ ਚੀਜ਼ਾਂ ਦਿਖਾਉਣ ਤੋਂ ਬਾਅਦ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਨੌਲੇਜ ਮਿਲੇਗੀ ਤੇ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਅੱਜ ਦੇ ਯੂਥ ਨੂੰ ਤਾਂ ਇਹ ਚੀਜ਼ਾਂ ਬਹੁਤ ਹੀ ਨਵੀਆਂ ਲੱਗਣਗੀਆਂ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੋਏਗਾ ਤੇ ਤੁਹਾਡਾ ਜ਼ਿਆਦਾ ਸਮਾਂ ਨਾ ਗਵਾਉਂਦੇ ਹੋਏ ਤੇ ਨਾ ਲੈਂਦੇ ਹੋਏ ਆਓ ਮੈਂ ਤੁਹਾਨੂੰ ਰੂਬਰੂ ਕਰਵਾਉਂਦੀ ਹਾਂ ਪੂਰੀ ਜੀ ਦੇ ਨਾਲ ਤੇ ਪੂਰੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਭ ਤੋਂ ਪਹਿਲਾਂ ਚਾਹੂੰਗੀ ਕਿ ਤੁਸੀਂ ਸਾਰਿਆਂ ਨੂੰ ਦੱਸੋ ਕਿ ਤੁਹਾਡਾ ਪੂਰਾ ਨਾਮ ਕੀ ਹੈ ਤੇ ਮੈਂ ਤੇ ਪੂਰੀ ਜੀ ਦੇ ਨਾਮ ਤੋਂ ਹੀ ਜਾਣਦੀ ਹਾਂ ਠੀਕ ਹੈ ਜੀ ਰਾਜਨ ਜੀ ਮੇਰਾ ਨਾਮ ਹੈਗਾ ਜੀ ਸੰਜੀਵ ਪੁਰੀ ਫੇਮਸ ਜੋ ਲੋਕ ਮੈਨੂੰ ਪੂਰੀ ਸਰਾਬੇ ਵਾਲੇ ਦੇ ਨਾਮ ਤੋਂ ਜਾਣਦੇ ਨੇ ਤੇ ਜਿੱਦਾਂ ਕਿ ਹੁਣ ਆਪਾਂ ਨੂੰ ਇਹਨਾਂ ਦਾ ਨਾਮ ਪਤਾ ਚੱਲ ਚੁੱਕਾ ਹੈ ਪੂਰੀ ਸਰਾਬੇ ਵਾਲਾ ਤੇ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਹੀ ਖਾਸ ਚੀਜ਼ਾਂ ਦਿਖਾਉਣ ਲੱਗੀਆਂ ਤੇ ਆਓ ਇਹਨਾਂ ਤੋਂ ਖਾਸ ਚੀਜ਼ ਬਾਰੇ ਪੁੱਛਦੇ ਹਾਂ ਤੇ ਉਹ ਖਾਸ ਚੀਜ਼ ਕੀ ਹੈ ਪੂਰੀ ਜੀ ਮੈਂ ਇੱਥੇ ਆ ਕੇ ਨਾ ਬਹੁਤ ਹੀ ਪਹਿਲਾਂ ਖੁਸ਼ ਹੋ ਗਈ ਤੇ ਮੈਂ ਕਨਫਿਊਜ਼ ਵੀ ਹੋ ਗਈ ਕਿ ਇਹ ਚੀਜ਼ਾਂ ਕੀ ਨੇ ਕਿਉਂਕਿ ਮੈਂ ਵੀ ਇੱਕ ਯੂਥ ਤੋਂ ਬਿਲੋਂਗ ਕਰਦੀ ਹਾਂ ਨਵੀਂ ਜਨਰੇਸ਼ਨ ਹੈ ਜਿਹਨੂੰ ਇਸ ਚੀਜ਼ਾਂ ਬਾਰੇ ਨਹੀਂ ਪਤਾ ਜੀ ਤੇ ਮੈਨੂੰ ਸਿਰਫ ਔਰ ਸਿਰਫ ਇੱਕ ਗ੍ਰਾਮੋਫੋਨ ਬਾਰੇ ਪਤਾ ਤੇ ਮੈਂ ਜਾਊਂਗੀ ਪੁੱਛਣਾ ਸਭ ਤੋਂ ਪਹਿਲਾਂ ਕਿ ਤੁਹਾਨੂੰ ਇਹ ਸ਼ੌਂਕ ਕਿੱਥੋਂ ਹੋਇਆ ਕਿ ਹਾਂ ਇੰਨੀਆਂ ਪੁਰਾਣੇ ਰਿਕਾਰਡ ਇੰਨੀਆਂ ਪੁਰਾਣੇ ਗ੍ਰਾਮੋਫੋਨਸ ਇੰਨੀਆਂ ਸਾਰੀਆਂ ਪੁਰਾਣੇ 뮤지컬 ਚੀਜ਼ਾਂ ਤੁਸੀਂ ਕਿੱਥੋਂ ਇਹ ਸਾਰੇ ਸ਼ੌਂਕ ਤੁਹਾਨੂੰ ਆਏ ਦੇਖੋ ਜੀ ਪਹਿਲੀ ਤਾਂ ਗੱਲ ਇਹ ਸਾਡੇ ਨਾ ਖੂਨ ਦੇ ਵਿੱਚ ਹੀ ਇਹ ਚੀਜ਼ ਵਸੀ ਹੋਈ ਆ ਕਿਉਂਕਿ ਇਹ ਸਾਡਾ ਇਹ ਖਾਨਦਾਨੀ ਕੰਮ ਸੀਗਾ ਜੀ ਪੁਰਾਣਾ ਕੰਮ ਸੀਗਾ ਕਿਉਂਕਿ ਮੇਰੇ ਦਾਦਾ ਜੀ ਬਿਲੋਂਗ ਕਰਦੇ ਸੀ 90 ਚੱਕ ਟੋਬਾ ਟੇਕ ਸਿੰਘ ਪਾਕਿਸਤਾਨ ਤੋਂ ਅੱਛਾ ਜੀ ਹਾਂਜੀ 90 ਚੱਕ ਟੋਬਾ ਟੇਕ ਸਿੰਘ ਪਾਕਿਸਤਾਨ ਤੋਂ ਉੱਥੇ ਉਹ ਵੈਦ ਦਾ ਕੰਮ ਕਰਨ ਜਾਂਦੇ ਸੀਗੇ ਹਕੀਮੀ ਜੀ ਨੂੰ ਕਹਿੰਦੇ ਨੇ ਪੁਰਾਣੇ ਮਤਲਬ ਨਵੇਂ ਜ਼ਮਾਨੇ 'ਚ ਕਹਿੰਦੇ ਡਾਕਟਰੀ ਓਕੇ ਹਾਂਜੀ ਉਹ ਹਕੀਮ ਸੀਗੇ ਜੀ ਉੱਥੇ ਉਹ ਜਾ ਕੇ ਹਕੀਮੀ ਕਰਦੇ ਸੀਗੇ ਤੇ ਪਿੰਡ ਸਾਡਾ ਸ਼ਹੀਦ ਕਰਤਾਰ ਸਿੰਘ ਸਰਾਭਾ ਹੀ ਆ ਉੱਧਰ ਵੀ 90 ਚੱਕ ਸਰਾਭਾ ਹੈਗਾ ਜੀ ਪਿੰਡ ਹਾਂਜੀ ਤੇ ਉੱਥੇ ਇੱਕ ਗੋਰੇ ਦਾ ਇਲਾਜ ਕੀਤਾ ਉਹਨਾਂ ਨੇ ਤੇ ਉਹਨਾਂ ਨੂੰ ਗੋਰੇ ਨੇ ਇੱਕ ਗ੍ਰਾਮੋਫੋਨ ਗਿਫਟ ਕੀਤੀ ਜੀ ਗੋਰੇ ਨੇ ਤੁਹਾਡੇ ਹਾਂਜੀ ਮੇਰੇ ਦਾਦਾ ਜੀ ਲਾਲਾ ਰੌਣਕੀ ਰਾਮਪੁਰੀ ਉਹਨਾਂ ਨੂੰ ਗਿਫਟ ਕੀਤੀ ਜੀ 1924 ਦੀ ਬਣੀ ਹੋਈ ਗ੍ਰਾਮੋਫੋਨ ਹੈਗੀ ਜੀ ਮੇਰੇ ਕੋਲ ਇਸ ਟਾਈਮ ਮੈਂ ਤੁਹਾਨੂੰ ਦਿਖਾਵਾਂਗਾ 1924 ਦੀ 1924 ਦੀ 1924 ਦੀ ਬਣੀ ਹੋਈ ਹੈ ਜੀ ਇੰਗਲੈਂਡ ਦੀ ਮਸ਼ੀਨ ਹੈ ਜੀ ਉਹ ਮੇਡ ਇਨ ਇੰਗਲੈਂਡ ਜੀ ਉਹ ਗ੍ਰਾਮੋਫੋਨ ਜੀ 1945 ਦੇ ਵਿੱਚ ਉਹ ਲੈ ਕੇ ਆਏ ਜੀ ਪੰਜਾਬ 'ਚ ਪੰਜਾਬ ਦੇ ਵਿੱਚ ਹਾਂਜੀ ਜੀ ਉਹਨਾਂ ਨੇ ਪਾਕਿਸਤਾਨ 1945 ਦੇ ਵਿੱਚ ਛੱਡ ਦਿੱਤਾ ਜੀ ਜਦੋਂ ਉਹਨਾਂ ਨੇ ਦੇਖਿਆ ਵੀ ਮਾਹੌਲ ਖਰਾਬ ਹੋਏਗਾ ਇਹ ਇੱਜ਼ੇਦਾਰ ਬੰਦਿਆਂ 'ਚ ਸਾਡੇ ਦਾਦਾ ਜੀ ਗਿਣੇ ਜਾਂਦੇ ਸੀਗੇ ਇਹਨਾਂ ਦਾ ਸਮਾਨ ਗੱਡੇ ਦੇ ਉੱਤੇ ਪਾਇਆ ਜੀ ਉਹਨਾਂ ਨੇ ਅਤੇ ਮੁੱਲਾਪੁਰ ਇਹਨਾਂ ਨੂੰ ਛੱਡ ਗਏ ਨੇ ਸਾਡੇ ਦਾਦਾ ਜੀ ਨੇ ਕੁਛ ਸਮਾਨ ਸੀਗਾ ਜੀ ਇੱਕ ਟਰੰਕ ਸੀਗਾ ਉਹਨੇ ਕੋਲ 1896 ਦਾ ਅਤੇ ਨਾਲ ਉੱਥੇ ਮੁੱਲਾਂਪੁਰ ਛੱਡ ਗਏ ਨੇ ਜੀ ਮੁੱਲਾਂਪੁਰ ਤੋਂ ਫਿਰ ਅਸੀਂ ਸਰਾਭੇ ਸ਼ਿਫਟ ਸਮਾਨ ਲੈ ਕੇ ਆਏ ਤਾਂ ਦੇਖਿਆ ਵੀ ਇਹ ਕੀ ਚੀਜ਼ ਆ ਜਿਹੜਾ ਗੋਲ ਗੋਲ ਚੱਕਾ ਉੱਪਰ ਲੱਗਿਆ ਹੋਇਆ ਹਾਂਜੀ ਅਤੇ ਸਾਡੇ ਉਦੋਂ ਦਾਦੀ ਜੀ ਦੱਸਦੇ ਸੀਗੇ ਵੀ ਇਹ ਤੇਰੇ ਦਾਦਾ ਜੀ ਨੂੰ ਇਸ ਤਰ੍ਹਾਂ ਮਿਲੀ ਸੀਗੀ ਅੱਛਾ ਅਤੇ ਮੈਂ ਪੁੱਛਣਾ ਚਾਹੂੰਗੀ ਕਿ ਇਹ ਅੱਜ ਵੀ ਕੰਮ ਕਰਦਾ ਕਿ ਨਹੀਂ ਕਰਦਾ ਜੀ ਮੈਂ ਰਨਿੰਗ ਕੰਡੀਸ਼ਨ ਜਾਂ ਤੁਹਾਨੂੰ ਚਲਾ ਕੇ ਦਿਖਾਵਾਂਗਾ ਕੋਈ ਐਸੀ ਗੱਲ ਨਹੀਂ ਅੱਜ ਵੀ ਕੰਮ ਹੋ ਗਏ ਇਹਨੂੰ ਤੇ ਇਹ ਦੇਸੀ ਦੇਖ ਲਓ ਵੀ 116 ਸਾਲ ਹੋ ਗਏ ਜੀ 116 ਸਾਲ ਮਤਲਬ ਪੁਰਾਣਾ ਜੀ ਇਹ 116 ਸਾਲ ਪੁਰਾਣੀ ਮਸ਼ੀਨਰੀ ਜੋ ਅੱਜ ਵੀ ਕੰਮ ਕਰ ਰਹੀ ਹੈ ਤੇ ਉਹ ਇਦਾਂ ਹੀ ਤੇਨੇ ਕੰਮ ਕਰ ਰਹੀ ਹੋਏਗੀ ਉਹਦੀ ਸਾਂਭ ਵੀ ਮੰਗਦੀ ਹੈ ਚੀਜ਼ ਹਾਂਜੀ ਹਾਂਜੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹਨੂੰ ਬਹੁਤ ਹੀ ਲਾਡਾਂ ਦੇ ਨਾਲ ਜਿਵੇਂ ਆਪਾਂ ਰੱਖਦੇ ਆ ਉਦਾਂ ਰੱਖਿਆ ਬਹੁਤ ਦੇਖੋ ਜੀ ਇਸ ਤਰ੍ਹਾਂ ਰਾਜਨ ਜੀ ਕਿਸੇ ਦੇ ਹਿੱਸੇ ਕਹਿੰਦੇ ਵੀ ਪਿਓ ਦਾ ਕਿਸੇ ਦੇ ਹਿੱਸੇ ਮਾਂ ਆਉਂਦੀ ਹੈ ਸਾਡੇ ਹਿੱਸੇ 'ਚ ਹੀ ਆਈ ਸੀ ਸਭ ਤੋਂ ਪੁਰਾਣਾ ਰਿਕਾਰਡ ਤੁਹਾਡੇ ਕੋਲ ਇਹੀ ਪਿਆ ਨਹੀਂ ਮਤਲਬ ਜਿਹੜਾ ਗ੍ਰਾਮੋਫੋਨ 1924 ਦਾ ਸੀਗਾ ਜੀ ਜੀ ਫਿਰ ਇੱਕ ਮੈਨੂੰ ਕਿਸੇ ਬਜ਼ੁਰਗ ਨੂੰ ਪਤਾ ਲੱਗਿਆ ਵੀ ਇਹ ਗ੍ਰਾਮੋਫੋਨ ਰਿਪੇਅਰ ਕਰਦੇ ਨੇ ਅਸੀਂ ਮਤਲਬ ਨਾਲ ਰਿਪੇਅਰ ਵੀ ਕੰਮ ਕਰਦੇ ਹਾਂ ਜੀ ਰੋਜ਼ੀ ਰੋਟੀ ਦਾ ਸਾਧਨ ਸਾਡਾ ਰਿਪੇਅਰ ਦਾ ਜੀ ਅਤੇ ਇੱਕ ਗ੍ਰਾਮੋਫੋਨ ਜਦੋਂ ਕਿਸੇ ਦੇ ਘਰ ਗਿਆ ਮੈਂ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ 1915 ਦਾ ਇਹ ਗ੍ਰਾਮੋਫੋਨ ਆ ਮੇਰੇ ਕੋਲ ਅੱਛਾ ਜੀ ਉਹ 1915 ਦਾ ਗ੍ਰਾਮੋਫੋਨ ਤੁਸੀਂ ਦੇਖੋ ਵੀ ਉਹਦੀ ਹਾਲਤ ਇੱਦਾਂ ਦੀ ਸੀਗੀ ਅੱਧਾ ਕਿਲੋ ਮਿੱਟੀ ਉਹਦੇ ਚੜ੍ਹੀ ਹੋਣੀ ਆ ਓਕੇ ਸ਼ੌਲ ਦੀਆਂ ਕਿਨਾਰੀਆਂ ਫਟ ਚੁੱਕੀਆਂ ਸੀਗੀਆਂ ਅੱਛਾ ਜੀ ਸ਼ੌਲ ਦੀਆਂ ਜਦੋਂ ਕਿਨਾਰੀਆਂ ਫਟ ਚੁੱਕੀਆਂ ਸੀਗੀਆਂ ਮੈਂ ਉਹ ਦੇਖਿਆ ਵੀ ਇਹ ਗ੍ਰਾਮੋਫੋਨ ਬਹੁਤ ਵਧੀਆ ਹੈਗਾ ਜੀ ਮੈਨੂੰ ਅੰਕਲ ਕਹਿੰਦੇ ਵੀ ਇਹਨੂੰ ਠੀਕ ਕਰ ਦੇਗਾ ਬੇਟਾ ਮੈਂ ਕਿਹਾ ਜੀ ਹਾਂਜੀ ਠੀਕ ਕਰ ਦਾਂਗਾ ਜੀ ਜੀ ਕਹਿੰਦੇ ਵੈਸੇ ਕੀਮਤ ਕਿੰਨੀ ਮਿਲ ਜੂ ਮੈਂ ਕਿਹਾ ਜੀ ਕੀਮਤ ਵੀ ਲਾ ਦਿੰਦੇ ਹਾਂ ਕਹਿੰਦੇ ਯਾਰ ਮੈਂ ਪਤਾ ਨਹੀਂ ਕਿੰਨੇ ਦਿਨ ਦਾ ਪ੍ਰਾਹੁਣਾ ਤੂੰ ਇਹਨੂੰ ਲੈ ਜਾ ਅੱਛਾ ਜੀ
1915 का ही ग्रामोफोन है जी। ए वाला? हाँ जी। ठीक, अज भी देख लो पूरा बरकरार पिया, पॉलिश अच्छी चीज, सारी चीज वधिया है जी। रनिंग कंडीशन दे विच आ, कोई लड़की आवाज है जी, जो आप बच्चे सुनावांगे थोनू जी, तुसी सुनोगे देखो। देखो जी इस तरह से भी जो 88 च असीं आए उदों भी मैं छोटा सीगा। हाँ जी। इन्ना मैनूं जरूर याद सीगा वी साडे ताया जी, मेरे ताया जी राम स्वरूप पुरी। हाँ जी। ते ओह पहला रिकॉर्ड ओही चलाउंदे हुंदे सीगे। हाँ जी। मेरे फादर साहब तो 6 साल दे सीगे, इन्हां ने 6 साल तो रिकॉर्ड वजाए ने। अच्छा, तुसीं देखो 6 साल दी उमर सी, कहना बच्चे नाल लै जाओ, नाले तो रोटी पेट भर के मिलेगी, नाले रिकॉर्ड कोड वजा देंगे। रिकॉर्ड हुण भी बहुत मिल जाते ने, 92 दे विच बंद होए ने, 3 साल होए ने बंद होए नू, बहुत शॉप पंजा ने जिहड़ियां जिथे तैनूं रिकॉर्ड मिल जाएंगे। मैं कहा चलो देखते हैं। देखो जी फिर मैं खोज करनी शुरू कर दी, उतों मेरी फिल्म जाने की चलनी शुरू हो गई, जिहड़ी मेरे दिमाग फिल्म चलती सी 10 साल पहला। हाँ जी। वह 95 मेरा सुपना पूरा होना शुरू हो गया। ओके, 10 साल पहला दा सुपना थाडा 95 शुरू होना। हाँ जी, मतलब कि थानू उतों दी आपां कह सकदे आ कि उतों थानू होर क्यूरियोसिटी होगी कि हुण मैं अग्गे होर लभणा है, मैं होर देखणा है, इहदे च मैं होर डूंघाई दे विच जाणा है। जी राजन जी। हाँ जी। तो राजन जी फिर उतों जदों मेरा दौर शुरू हो गया, सफर शुरू हो गया, तो मैं कितों कुआड़ियाँ की दुकान तो जां पुरानियां दुकानां रिकॉर्डिंग वालियां होंदियां सी, उन्हां नूं पुछणा भाजी थोड़े को रिकॉर्ड होंदे सी, उन्हां ने कहना जी नहीं हजे नहीं टाइम हैगा देण दा। अच्छा जी। जां साडी परछत्ती ते पैने देखो जे तुसीं गंदे होणा तां कढ दिंदे आ। फिर इस तरह कुआड़ियां दीआं दुकानां तों कई वार तां कुआड़ियां ने गत्ता अलग वेच देना, रिकॉर्ड अलग वेच देना। ओके। फिर उन्हां नूं कहना नहीं जी असीं तुहानूं कीमत वधिया देवांगे, सानूं गत्ता भी दिओ। हां हां। इस तरह इकट्ठे करदे करदे राजन जी मैं देखो हुण 2020 चलदा जी। ठीक है जी। जी। आज मेरे को ले देखो 82 ग्रामोफोन ने जी, 82। हाँ जी। ते 26,000 मेरे को एक रिकॉर्ड है जी। 26,000। हाँ जी। 26,000 रिकॉर्ड है जी। पहला मेरे को रिकॉर्ड 1901 का वा। 1901 का रिकॉर्ड है जी। 26,000 रिकॉर्ड्स। मैं जनरेशन नु दसना चाहूंगी आजकल दे यूथ नु, ये सिर्फ और सिर्फ नंबर ऑफ गाने नहीं हैगे, एक कैसेट भी गल हो रही है कि 26,000 इना कोल रिकॉर्ड पए ने, उना दे विच गाने जड़े ने ओ लादा ने। ते मैं हुण आ पुछना चाहूंगी 26,000 दे 26,000 की तुसी खुद कलेक्ट कीते ने कि ओदे विच कुछ पुराने भी जेड़े थोड़े डैड दे सी या फिर थोड़े? देखो जी डैड ने तां साडे फादर साहब ने तां तकरीबन देखो भी 88 दे विच बेच दित्ते जी, कुछ सांझे परिवार दे विच दूजे परिवारां च रह गए जी। ते साडे कोले तो जिवें कहिं मैं तुहानूं दस्सिया पहलां भी साडे हिस्से चों दादा जी दी मशीन आई सी जी, दादा जी दी ग्रामोफोन आई सी, ते रिकॉर्ड मैं फिर हौली हौली कलेक्ट कीते ने जी। देखो कई मतलब वधिया बंदे हुंदे ने जिवें उन्होंने मैनू गिफ्ट भी कीते ने, उन्होंने आके देखना ते भी थोड़े कोल तुसीं रिकॉर्ड दुकान ते रखे ने। मैं कहा जी असीं ग्रामोफोन रिपेयर करदे आ, कहिंदे रिपेयर ही करदे हो जां होर भी कोई शौक? मैं कहा जी शौक भी है, देखो मैं रिकॉर्ड इकट्ठे करदा। हाँ जी। फिर उन्होंने कहना जी साडे घर 10 पीस पए ने, किसे ने मैनूं 100 पीस देना। अच्छा जी। हाँ जी। ते मतलब कि लोकां दे कोल किते ना किते अज भी इह है चीज़? हाँ जी हाँ जी हाँ जी। देखो ये मतलब कहिंदे हुंदे आ ना भी किसी चीज़ का बीज नाश नहीं हुंदा, इन्हां दा हजे बीज नाश नहीं होया, हजे भी लोकां दे घरे ये देखो अमीर विरसा, अमीर लोकां दे घरे ये चीज़ पाई जांदी सी। हुण तुसीं देखो भी साडे कोल अंटीक दे तौर ते, अंटीक दे तौर ते हुण भी कई सानूं कहिंदे ने भी तुसीं अंटीक चीज़ वेच दिओ। हाँ। पर देखो जदों कोई इंटरव्यू हुंदी आ जां पेपरां ते फोटो लगदी आ जी, मेरी हुण पेपरां ते फोटो लगी जी, मेरी टाइम्स ऑफ इंडिया ते लगी जी फोटो। वाओ। हाँ जी। ते मेरी इस टाइम देखो 17 पेपरां दे विच फोटो लगी हुई है जी। क्या बात है। हाँ जी। देखो पहले पेपर दे विच जदों लगी ना भी लोकां दा 100 ग्राम खून बनदा, मेरा 2 किलो वध गया जी। अच्छा जी। हाँ जी। ते मैं देखिया भी यार पेपर ते देखो मैनूं किन्ने बंदे आ के पुछदे ने, खुश हुंदे ने, गली मोहल्ले दे ने पेपर लै नाल थोड़े पिता जी नूं भी होर प्राउड फील हुंदा होणा के देखो साडे खानदान नूं भी होया भी देखो इहने दादा जी दा नां रोशन कर दित्ता। हाँ जी। अज आ के 2000 देखो 20 हो गया, देखो हुण मैनूं टीवी चैनल वाले पेश करदे ने जी, ते मैं ओह फिर पेपरां दे विच जदों खबर लगदी है तां मन खुशी हुंदी है जी। ते मैं हुण ना थातों इह पुछना चाहूंगी कि जदों तुसीं इस चीज़ दी शुरुआत कीती, तुसीं रिकॉर्ड शुरू कीते
ਲੱਭੇ, ਤੁਸੀਂ ਕੋਸ਼ਿਸ਼ ਕੀਤੀ, ਤੇ ਮੈਨੂੰ ਲੱਗਦਾ ਤੁਹਾਨੂੰ ਬਹੁਤ ਸਾਰੀਆਂ ਔਂਕੜਾਂ ਵੀ ਆਈਆਂ ਹੋਣਗੀਆਂ, ਤੁਹਾਨੂੰ ਲੋਕਾਂ ਨੇ ਕਿਹਾ ਹੋਣਾ ਕਿ ਕਿਹੜੇ ਕੰਮਾਂ 'ਚ ਪੈ ਗਿਆ ਹੈ, ਤੂੰ ਕੀ ਕਰ ਰਿਹਾ ਹੈ, ਜਾਂ ਫਿਰ ਕਿਹੜੇ ਚੱਕਰਾਂ 'ਚ ਪੈ ਗਿਆ ਹੈ, ਕੁਛ ਇੱਦਾਂ ਦਾ ਤੁਸੀਂ ਸਰਵਾਈਵ ਕੀਤਾ? ਵੈਸੇ ਦੇਖੋ ਜੀ, ਮੇਰੇ ਨਾ ਹੁਣ ਮਦਰ ਦੀ 3 ਸਾਲ ਹੋ ਗਏ ਡੈਥ ਹੋ ਚੁੱਕੀ ਹੈ ਜੀ। ਹਾਂਜੀ, ਮੇਰੇ ਮਦਰ ਨੇ ਬੜਾ ਸਹਿਯੋਗ ਦਿੱਤਾ ਜੀ। ਅੱਛਾ ਜੀ। ਉਹਨਾਂ ਨੇ ਜੇ ਕੋਈ 2 ਰੁਪਏ, 10 ਰੁਪਏ, 100 ਰੁਪਏ ਕੁਛ ਲੁਕਾ ਕੇ ਰੱਖਣਾ, ਤੇ ਜਦੋਂ ਮੈਂ ਕਹਿਣਾ ਵੀ ਮੈਨੂੰ 30,000 ਦੇ ਰਿਕਾਰਡ ਕਿਤੇ ਮਿਲਦੇ ਨੇ ਜੀ, ਉਹਨਾਂ ਨੇ ਮੈਨੂੰ ਨਾ ਬਸ ਫੱਟ ਦੇ ਕੇ ਸਿਰਹਾਣੇ ਦੇ ਵਿੱਚੋਂ ਕੱਢ ਕੇ ਜਾਂ ਆਪਣੇ ਪਰਸ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਤੂੰ ਲੈ ਆ। ਇਹ ਨਹੀਂ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਕੁਆੜ ਇਕੱਠਾ ਕਰਦਾ, ਵੀ ਇੱਥੇ ਘਰੇ ਰੱਦੀ ਵਾਲੇ ਨੂੰ ਬੁਲਾਈ ਜਾਂਦੇ ਹੋ, ਕਦੇ ਕੁਛ ਇਕੱਠਾ ਕਰ ਰਹੇ ਹੋ, ਵੀ ਪੁਰਾਣੇ ਰੇਡੀਓ ਲੈ ਲਏ, ਵੀ ਇਹ ਰਿਪੇਅਰ ਹੋਏਗਾ ਕਿ ਨਹੀਂ ਹੋਏਗਾ। ਬਾਕੀ ਰਿਪੇਅਰਿੰਗ ਤਾਂ ਤੁਸੀਂ ਦੇਖੋ ਵੀ ਸਾਡੇ ਖੂਨ 'ਚ ਵਸੀ ਹੋਈ ਸੀ ਚੀਜ਼, ਵੀ ਅਸੀਂ ਆਪਣੇ ਆਪ ਹੀ ਰਿਪੇਅਰ ਕਰ ਲੈਂਦੇ ਸੀਗੇ ਜੀ। ਕੋਈ ਚਾਹੇ ਟਿਊਬਾਂ ਵਾਲਾ ਰੇਡੀਓ ਹੋਵੇ, ਚਾਹੇ ਟੀਵੀ ਹੋਵੇ, ਚਾਹੇ ਗ੍ਰਾਮੋਫੋਨ ਹੋਵੇ, ਇਸ ਤਰ੍ਹਾਂ ਅਸੀਂ ਠੀਕ ਕਰ ਲੈਂਦੇ ਹਾਂ। ਕਦੇ ਇਹ ਫੇਸ ਕੀਤਾ ਕਿ ਤੁਸੀਂ ਮਤਲਬ ਬਹੁਤ ਕੀਮਤ ਲਾ ਕੇ ਕੋਈ ਚੀਜ਼ ਲਿੱਤੀ ਹੋਵੇ, ਰੇਡੀਓ ਲਿੱਤਾ ਹੋਵੇ, ਗ੍ਰਾਮੋਫੋਨ ਲਿੱਤਾ ਹੋਵੇ, ਤੇ ਬਾਅਦ 'ਚ ਜਦੋਂ ਤੁਸੀਂ ਉਹਨੂੰ ਕੋਸ਼ਿਸ਼ ਕੀਤਾ? ਦੇਖੋ ਜੀ, ਜਦੋਂ ਜਿੰਨਾ ਤੱਕ ਮੇਰੀ ਪੇਪਰ 'ਤੇ ਖਬਰ ਨਹੀਂ ਲੱਗੀ ਸੀ ਜੀ, ਮੈਂ ਥੋੜ੍ਹਾ ਜਿਹਾ ਸਮਾਨ ਨਾ ਸੇਲ ਕਰ ਲੈਂਦਾ ਸੀਗਾ ਜੀ, ਵੀ ਆਹ 2 ਪੀਸ ਨੇ, ਆਹ 3 ਪੀਸ ਨੇ, ਆਹ 4 ਪੀਸ ਨੇ, ਇਹਦੇ 'ਚ 2 ਪੀਸ ਮੈਂ ਸੇਲ ਕਰਦਾ ਜੀ। ਠੀਕ ਹੈ ਜੀ ਜੀ। ਵੈਸੇ ਜਦੋਂ ਮੈਂ ਦੇਖਿਆ ਵੀ ਇਹ ਚੀਜ਼ਾਂ ਹੁਣ ਮਿਲਣੋਂ ਬੰਦ ਹੋ ਗਈਆਂ, ਫਿਰ ਮੈਂ ਸੇਲ ਕਰਨਾ ਬੰਦ ਕਰ ਦਿੱਤਾ। ਹਾਂਜੀ, ਬਾਕੀ ਮੈਂ ਇਹਨੂੰ ਤੁਸੀਂ ਕਹਿੰਦੇ ਹੋ ਵੀ ਮਹਿੰਗੇ ਦਾ, ਵੈਸੇ ਮੈਂ ਦੇਖੋ ਜਿਵੇਂ ਲੋਕ ਗੁਰਦੁਆਰੇ ਨੂੰ ਮੱਥਾ ਟੇਕਦੇ ਨੇ ਜੀ, ਮੈਂ ਇਸ ਕਮਰੇ 'ਚ ਆ ਕੇ ਮੱਥਾ ਟੇਕਦਾ ਵਾਂ ਜੀ, ਗੁਰਦੁਆਰੇ ਮੰਦਰ ਵਾਂਗੂ ਇਹਨੂੰ ਪੂਜਦਾ ਵਾਂ ਜੀ। ਬਾਕੀ ਲੋਕ ਦੇਖੋ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦੇ ਨੇ ਜੀ, ਵੀ ਮੈਂ ਇਹਨੂੰ 1 ਘੰਟਾ ਜਦੋਂ ਟਾਈਮ ਦਿੰਦਾ ਨਾ, ਉਹ ਤੁਹਾਨੂੰ ਉਸਦਾ ਨਸ਼ਾ, ਮੈਂ ਉਹਨੂੰ ਇੰਨਾ ਨਸ਼ਾ ਹੋ ਜਾਂਦਾ ਨਾ, ਮੈਨੂੰ ਬੋਤਲ ਵਾਲਾ ਨਸ਼ਾ ਹੋ ਜਾਂਦਾ। ਤੁਸੀਂ ਦੇਖੋ ਵੀ ਉਹ ਨਸ਼ਾ, ਜਦੋਂ ਮੈਨੂੰ ਉਹਦਾ ਨਸ਼ਾ ਹੋ ਜਾਂਦਾ ਤੇ ਮੈਂ ਦੇਖਦਾ ਵੀ ਕਮਾਲ ਹੋ ਗਈ ਯਾਰ, ਵੀ ਦੇਖੋ ਇੰਨਾ ਨਾਂ ਹੋ ਰਿਹਾ ਬਾਜ਼ਾਰ ਦੇ ਵਿੱਚ ਪੂਰੀ ਸਰਾਭੇ ਵਾਲਾ ਜੀ, ਤੇ ਦੇਖੋ ਹੁਣ ਮੈਨੂੰ ਨਾਂ, ਜਦੋਂ ਬੰਦੇ ਦਾ ਨਾਂ ਫੇਮਸ ਹੋ ਜਾਵੇ, ਦੁਨੀਆ 'ਚ ਨਾਂ ਹੋਣਾ ਸ਼ੁਰੂ ਹੋ ਜਾਵੇ, ਫਿਰ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਯਾਰ ਆਪਣਾ ਨਾਂ ਹੋ ਰਿਹਾ, ਇਹ ਚੀਜ਼ ਵੇਚਣੀ ਨਹੀਂ, ਇਹਨੂੰ ਸਾਂਭ ਕੇ, ਇਹਨੂੰ ਸਾਂਭ ਕੇ ਰੱਖਣਾ ਜੀ। ਹਾਂਜੀ, ਹੁਣ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਏਗਾ ਕਿ ਸ਼ੌਂਕ ਪਾਲਣ ਦਾ ਕੋਈ ਮੁੱਲ ਨਹੀਂ ਹੁੰਦਾ, ਤੇ ਇਹ ਇੱਕ ਸਿਰਫ ਔਰ ਸਿਰਫ ਸ਼ੌਂਕ ਸੀ ਕਿ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ ਕਿ ਆਪਾਂ ਕਿੱਥੇ ਪਹੁੰਚ ਚੁੱਕੇ ਹਾਂ, ਤੇ ਅੱਜ ਇਹਨਾਂ ਨੂੰ ਸਾਰੀ ਦੁਨੀਆ ਆਲਮੋਸਟ ਜਾਣਦੀ ਹੈ, ਸਭ ਨੂੰ ਪਤਾ ਹੈ ਕਿ ਕੌਣ ਨੇ, ਸਾਰਿਆਂ ਨੂੰ ਇਹ ਨੌਲੇਜ ਦੇ ਰਹੇ ਨੇ, ਸਾਡੀ ਜਨਰੇਸ਼ਨ ਨੂੰ ਦੱਸ ਰਹੇ ਨੇ ਕਿ ਰਿਕਾਰਡ ਕੀ ਹੁੰਦੇ ਸੀ, ਕਿ ਗਾਣੇ ਬਣਨੇ ਜਾਂ ਗਾਣੇ ਸੁਣਨੇ ਸ਼ੁਰੂ ਕਿੱਥੋਂ ਹੋਏ। ਤੇ ਹੁਣ ਮੈਂ ਚਾਹੂੰਗੀ ਕਿ ਕਾਫੀ ਟਾਈਮ ਆਪਾਂ ਲੈ ਲਿਆ, ਤੇ ਹੁਣ ਮੈਂ ਇੰਨੀ ਜ਼ਿਆਦਾ ਕਰਿਓਸਿਟੀ ਹੋ ਰਹੀ ਆ, ਕਿਉਂਕਿ ਮੈਂ ਵੀ ਕਦੇ ਗ੍ਰਾਮੋਫੋਨਸ ਦੇ ਵਿੱਚੋਂ ਕਦੇ ਨਹੀਂ ਸੁਣਿਆ, ਕਿਉਂਕਿ ਮੈਂ ਵੀ ਇਸ ਜਨਰੇਸ਼ਨ ਤੋਂ ਬਿਲੋਂਗ ਕਰਦੀ ਹਾਂ, ਤੇ ਮੈਂ ਚਾਹੂੰਗੀ ਹੁਣ ਤੁਸੀਂ ਮੈਨੂੰ ਪਲੀਜ਼ ਇੱਕ ਰਿਕਾਰਡ ਪਲੇ ਕਰਕੇ ਦਿਖਾਓਗੇ? ਸਭ ਤੋਂ ਫਸਟ ਟਾਈਮ ਆਈ ਜੀ ਜਗਤ ਸਿੰਘ ਜੱਗਾ, ਜਗਤ ਸਿੰਘ ਜੱਗਾ ਜੀ, ਇਹ 1950 ਦੇ ਵਿੱਚ ਜੀ। ਦੇਖੋ ਇਹ ਰਾਜਨ ਦੀ ਪਹਿਲਾ ਰਿਕਾਰਡ ਇਹਨਾਂ ਦਾ ਆਇਆ ਜੀ। ਓਕੇ, ਇਹਨਾਂ ਨੇ ਸਭ ਤੋਂ ਪਹਿਲੇ, ਇਹਨਾਂ ਨੇ ਜੇਲ੍ਹ ਯਾਤਰਾ ਕਰਨ ਤੋਂ ਬਾਅਦ ਇਹ ਰਿਕਾਰਡ ਬਾਹਰ ਮਾਰਕੀਟ 'ਚ ਕਢਵਾਇਆ ਜੀ। ਜੇ ਇਹਨਾਂ ਨੂੰ ਜੇਲ੍ਹ ਹੋ ਗਈ ਸੀ ਕਿਸੇ ਕਾਰਨ ਜੀ, ਦੇਖੋ ਮੈਨੂੰ ਪੂਰਾ ਰੀਜ਼ਨ ਨਹੀਂ ਪਤਾ, ਇਹਨਾਂ ਨੇ ਜੇਲ੍ਹ ਦੇ ਵਿੱਚ ਗਾਣੇ ਜਿਹੜੇ ਸੁਣਾਏ ਨਾ, ਉਸ ਤੋਂ ਬਾਅਦ ਇਹਨਾਂ ਦਾ ਰਿਕਾਰਡ ਆਇਆ ਜੀ, ਫਿਲਿਪਸ ਕੰਪਨੀ ਨੇ ਕੱਢਿਆ। ਓਕੇ, ਠੀਕ। ਹਾਂਜੀ, ਤੇ ਮਤਲਬ ਸਭ ਤੋਂ ਪਹਿਲਾ ਰਿਕਾਰਡ ਜਿਹੜਾ ਸੀ ਇਹ ਜੱਗਾ ਜੀ ਦਾ ਸੀਗਾ? ਹਾਂਜੀ, ਜੱਗਾ ਦਾ ਜੀ ਸੀਗਾ ਜੀ। ਇਹ ਇਸ ਤਰ੍ਹਾਂ ਸੀ, ਉਦੋਂ ਨਾ ਪਹਿਲੇ ਸਮੇਂ 'ਚ ਜਿਹੜੀਆਂ ਲੇਡੀਜ਼ ਦੀ ਮੈਰਿਜ ਹੁੰਦੀ ਸੀ ਨਾ, ਉਹ ਘੁੰਡ ਕੱਢ ਕੇ ਰੱਖਦੀਆਂ ਸੀ। ਹਾਂਜੀ, ਇਹਨਾਂ ਦਾ ਗਾਣਾ ਆਇਆ ਜੀ ਘੁੰਡ ਕੱਢ ਲੈ ਪਤਾ ਲਈਏ ਨਾਰੇ, ਸਹੁਰਿਆਂ ਦਾ ਪਿੰਡ ਆ ਗਿਆ, ਸੁਣੇ ਹੋਏ? ਹਾਂਜੀ, ਇਹ ਮਤਲਬ ਪੁਰਾਣੇ ਗਾਣੇ ਹੀ ਨੇ ਜਿਹੜੇ ਰਿਮੂਵ ਹੋ ਕੇ ਨਵੇਂ ਬਣ ਰਹੇ ਨੇ। ਹਾਂਜੀ ਹਾਂਜੀ, ਜੇ ਹੁਣ ਮੈਂ ਤੁਹਾਨੂੰ ਸੁਣਾਵਾਂ, ਇੱਕ ਗੀਤ ਆਇਆ ਸੀਗਾ ਪਿੱਛੇ ਹਿਰਾਸਤ ਫਿਲਮ ਦੇ ਵਿੱਚ, ਸਾਰੇ ਹੈ ਬਾਰਾਤੀ, ਉਹ ਆਪਣੇ ਗਾਇਆ ਜੀ ਇਹਨਾਂ ਨੇ, ਜਸਵਿੰਦਰ ਨਰੂਲਾ ਜੀ ਨੇ ਗਾਇਆ ਜੀ। ਹਾਂਜੀ, ਉਹ ਦੇਖੋ ਪਹਿਲਾਂ ਜਿਹੜਾ ਉਹ ਗੀਤ ਸੀਗਾ ਉਹ ਰੇਸ਼ਮਾ ਜੀ ਨੇ ਗਾਇਆ ਸੀਗਾ। ਅੱਛਾ ਜੀ, ਮੈਂ ਰੇਸ਼ਮਾ ਜੀ ਦੀ ਆਵਾਜ਼ ਤੁਹਾਨੂੰ ਅੱਜ ਵੀ ਉਹ ਗਾਣਾ ਸੁਣਾ ਸਕਦਾ। ਓਕੇ, ਹਾਂਜੀ। ਸਿਲੰਡਰ ਰਿਕਾਰਡ ਕੀ ਹੁੰਦਾ? ਸਿਲੰਡਰ ਰਿਕਾਰਡ ਮੈਂ ਦਿਖਾਉਣਾ ਤੁਹਾਨੂੰ, ਤੁਸੀਂ ਨਵੀਂ ਜਨਰੇਸ਼ਨ ਦੇ ਹੋ ਨਾ, ਤਾਂ ਕਰਕੇ ਤੁਹਾਨੂੰ ਪਤਾ ਨਹੀਂ ਗਾ, ਤੁਹਾਡੀ ਨੌਲੇਜ ਮੈਂ ਵਧਾਉਣਾ। ਇਹ ਦੇਖੋ ਜੀ, ਇਹ ਜਿਹੜਾ ਨਾ ਇੱਕ ਗੋਰੇ ਦਾ ਅੰਗਰੇਜ਼ ਦਾ ਜੀ ਰਿਕਾਰਡ ਹੈਗਾ ਜੀ। ਹਾਂਜੀ, ਇਹ ਰਿਕਾਰਡ ਦੀ ਜਿਹੜੀ ਸਪੀਡ ਹੁੰਦੀ ਹੈ ਨਾ, ਜਾਂ ਮਿੰਟ ਕਹਿ ਲਓ ਵੀ ਕਿੰਨੇ ਟਾਈਮ ਦਾ ਗਾਣਾ ਹੁੰਦਾ, ਹਾਂਜੀ, ਇਹ 4 ਮਿੰਟ ਦਾ ਗਾਣਾ ਹੁੰਦਾ ਜੀ, ਸਿਰਫ 4-5 ਮਿੰਟ ਦਾ। ਇਹਨੂੰ ਤੁਸੀਂ ਪਾਈਪ ਨਾ ਸਮਝੋ, ਇਹਨੂੰ ਤੁਸੀਂ ਏਦਾਂ ਗਲਾਸ ਨਾ ਸਮਝੋ ਜੀ, ਇਹ ਸਿਲੰਡਰ ਰਿਕਾਰਡ ਹੈ ਜੀ। ਇਹ ਇਸ ਤਰ੍ਹਾਂ ਮਸ਼ੀਨ ਚੱਲਦੀ ਹੈ ਜੀ, ਉਹ ਵੀ ਤੁਹਾਨੂੰ ਚਲਾ ਕੇ ਦਿਖਾਵਾਂਗੇ, ਇਸ ਤਰ੍ਹਾਂ ਜਾ ਕੇ ਨਾ ਇਸ ਤਰ੍ਹਾਂ ਪੂਰਾ ਹੋ ਜਾਂਦਾ। ਤੇ ਇਹ ਮਤਲਬ ਕਿ ਸਿਰਫ ਔਰ ਸਿਰਫ 4 ਮਿੰਟ ਦਾ ਇਹ ਸਰਕਲ ਆ, ਸਿਰਫ 4 ਮਿੰਟ ਦਾ ਗਾਣਾ ਇਹਦੇ 'ਚ। ਤੁਸੀਂ ਜੇ ਦੇਖੋ ਵੀ ਪੰਜਾਬ ਦੇ ਵਿੱਚ ਕੋਈ ਵੀ ਕਲੈਕਟਰ ਹੋਏਗਾ ਜੀ, ਤੁਹਾਨੂੰ ਸਿਲੰਡਰ ਰਿਕਾਰਡ ਨਹੀਂ ਮਿਲੇਗਾ। ਜੇ ਕਿਸੇ ਕੋਲ ਹੋਏਗਾ, ਇੱਦਾਂ ਨਜਾਇਜ਼ ਆਪਣੀ ਕੀਮਤ ਮੰਗ ਲੈਂਦੇ ਨੇ ਵੀ 10,000 ਰੁਪਇਆ ਸਾਨੂੰ ਦੇ ਦਿਓ। ਅੱਛਾ ਜੀ। ਹਾਂਜੀ, ਮੇਰੇ ਇੱਕ ਫਰੈਂਡ ਸੀਗੇ ਜੀ ਸੁੱਖਾ ਸਿੰਘ, ਉਹਨਾਂ ਨੇ ਮੈਨੂੰ UK ਤੋਂ ਇਹ ਗਿਫਟ ਕੀਤੇ ਸੀਗੇ ਜੀ।
ਓਕੇ ਇਹ ਐਕਚੁਅਲੀ ਇਹਦੇ ਅੱਗੇ ਮਸ਼ੀਨ ਦੇ ਅੱਗੇ ਸਾਊਂਡ ਬਾਕਸ ਲੱਗਿਆ ਹੁੰਦਾ ਹਾਂਜੀ ਉਹ ਮੇਡ ਇਨ ਇੰਗਲੈਂਡ ਬ੍ਰਿਟਿਸ਼ ਯੂਕੇ ਐਦਾਂ ਬਹੁਤ ਕੰਪਨੀਆਂ ਨੇ ਕੱਢੇ ਨੇ ਹਾਂਜੀ ਲੰਡਨ ਵਗੈਰਾ ਹਾਂਜੀ ਉਹ ਜਿਹੜਾ ਹੁੰਦਾ ਸੀ ਨਾ ਉਹਦੇ ਵਿੱਚ ਚਾਂਦੀ ਦਾ ਪੱਤਾ ਹੁੰਦਾ ਸੀ ਓਕੇ ਹਾਂਜੀ ਉਹ ਜਦੋਂ ਸੂਈ ਦੀ ਚੰਚਰਾਹਟ ਹੁੰਦੀ ਸੀ ਤਾਂ ਉਹ ਚਾਂਦੀ ਦਾ ਪੱਤਾ ਆਵਾਜ਼ ਕੱਢਦਾ ਸੀ ਅੱਛਾ ਜੀ ਹਾਂਜੀ ਤੇ ਇਹਦੇ ਵਿੱਚ ਦੋ ਗਾਣੇ ਹੁੰਦੇ ਨੇ ਜੀ ਜਾਣਦੀ ਰਿਕਾਰਡ ਤਾਂ 12 ਇੰਚੀ ਬਣਿਆ ਰਿਕਾਰਡ 9 ਇੰਚੀ ਬਣਿਆ 7 ਇੰਚੀ ਬਣਿਆ 5 ਇੰਚੀ ਬਣਿਆ ਮੇਰੇ ਕੋਲ ਸਾਰੇ ਰਿਕਾਰਡ ਹੈਗੇ ਨੇ ਅੱਛਾ ਜੀ ਹਾਂਜੀ ਵੈਸੇ ਪੰਜਾਬ ਦੇ ਵਿੱਚ ਜੇ ਤੁਸੀਂ ਦੇਖਿਆ ਜਾਵੇ ਤਾਂ ਲੋਕਾਂ ਦੇ ਕੋਲ 10 ਇੰਚੀ ਰਿਕਾਰਡ ਆ ਤੇ ਮਤਲਬ 12 ਇੰਚੀ ਵੀ ਨਹੀਂ ਕਿਸੇ ਕੋਲ ਹੈਗਾ 10 ਇੰਚੀ ਹੀ ਸਭ ਤੋਂ ਛੋਟਾ ਹੈ ਕਿ ਇਸ ਤੋਂ ਵੀ ਛੋਟਾ ਕੋਈ ਨਹੀਂ 10 ਇੰਚੀ ਤੋਂ ਬਾਅਦ ਦੇਖੋ ਆਇਆ 9 ਇੰਚੀ 9 ਇੰਚੀ ਹਾਂਜੀ ਫਿਰ 7 ਇੰਚੀ ਆਇਆ ਜੀ ਫਿਰ 5 ਇੰਚੀ ਆਇਆ ਓਕੇ ਹਾਂਜੀ 5 ਇੰਚੀ ਛੋਟਾ ਆ ਗਿਆ ਜੀ ਹਾਂਜੀ ਤੇ ਉਹ ਸਾਰੇ ਗ੍ਰਾਮੋਫੋਨ ਕਿੰਨਾ ਮਤਲਬ ਕਿੱਦਾਂ ਉਹ ਜਿਹੜੇ ਮਤਲਬ ਛੋਟੇ ਰਿਕਾਰਡ ਬਣਨ ਦਾ ਇਹ ਰੀਜ਼ਨ ਸੀਗਾ ਜੀ ਜਿਹੜੇ ਆਪਣੇ ਫੌਜੀ ਵੀਰ ਹੁੰਦੇ ਸੀ ਨਾ ਹਾਂਜੀ ਫੌਜ ਦੇ ਵਿੱਚ ਜਿਹੜੇ ਲੜਾਈ ਲੜਨ ਜਾਂਦੇ ਸੀ ਹਾਂਜੀ ਉਹਨਾਂ ਕੋਲ ਗ੍ਰਾਮੋਫੋਨ ਹੁੰਦਾ ਸੀ ਸਿਰਫ ਅੱਧੇ ਫੁੱਟ ਦਾ ਦੇਖੋ ਇਹਨਾਂ ਨੂੰ ਸੰਭਾਲਣ ਦੀ ਲੋੜ ਆ ਸੰਭਾਲ ਕੇ ਰੱਖਣੇ ਪੈਂਦੇ ਨੇ ਕੇਅਰ ਕਰਨੀ ਪੈਂਦੀ ਆ ਜੇ ਤੁਸੀਂ ਨਹੀਂ ਕੇਅਰ ਕਰੋਗੇ ਕੜਕੜਾਹਟ ਦੀ ਆਵਾਜ਼ ਆਉਂਦੀ ਆ ਫਿਰ ਉਹ ਮਜ਼ਾ ਨਹੀਂ ਆਉਂਦਾ ਸੁਣਨ ਦਾ ਤਾਂ ਦੋਸਤੋ ਅੱਜ ਦਾ ਐਪੀਸੋਡ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤੇ ਜਿੱਦਾਂ ਕਿ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਨੈਕਸਟ ਐਪੀਸੋਡ ਦੇ ਵਿੱਚ ਤੁਹਾਨੂੰ ਹੋਰ ਵੀ ਚੀਜ਼ਾਂ ਬਹੁਤ ਕੁਝ ਦੇਖਣ ਨੂੰ ਮਿਲਣਗੀਆਂ ਤੇ ਮੈਂ ਚਾਹੂੰਗੀ ਕਿ ਤੁਸੀਂ ਇਸ ਚੀਜ਼ ਦੇ ਉੱਤੇ ਹੋਰ ਜ਼ਿਆਦਾ ਸਰਚ ਕਰੋ ਇਸ ਚੀਜ਼ ਨੂੰ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਤੁਸੀਂ ਪੂਰੀ ਸਾਹਿਬ ਨੂੰ ਪਰਸਨਲੀ ਵੀ ਆ ਕੇ ਮਿਲ ਸਕਦੇ ਹੋ ਇਹਨਾਂ ਕੋਲ ਬਹੁਤ ਹੀ ਪੁਰਾਣੀਆਂ ਚੀਜ਼ਾਂ ਪਈਆਂ ਨੇ ਸਾਰਾ ਵਿਰਸਾ ਇਹਨਾਂ ਨੇ ਸਾਂਭ ਕੇ ਰੱਖਿਆ ਇਹਨਾਂ ਕੋਲ ਐਸੇ ਰਿਕਾਰਡ ਪਏ ਨੇ ਜੋ ਕਿ ਯੂਟਿਊਬ 'ਤੇ ਵੀ ਅਵੇਲੇਬਲ ਨਹੀਂ ਹੋਣਗੇ ਤੇ ਮੇਰੇ ਹਿਸਾਬ ਨਾਲ ਕਿ ਜੇ ਕੋਈ ਸੱਚੀ ਬਜ਼ੁਰਗ ਸੁਣੇਗਾ ਤੇ ਉਹਨੂੰ ਤਾਂ ਇੱਦਾਂ ਲੱਗੇਗਾ ਕਿ ਮੈਂ ਆਪਦੇ ਪੁਰਾਣੀ ਜ਼ਿੰਦਗੀ ਦੇ ਵਿੱਚ ਮੈਂ ਆਪਦੇ 90s ਦੇ ਵਿੱਚ ਚਲਾ ਜਾ ਚੁੱਕਾ ਵਾਪਸ ਤੇ ਹੁਣ ਤੁਹਾਡੇ ਤੋਂ ਅਲਵਿਦਾ ਲੈਂਦੇ ਹੋਏ ਤੇ ਵੀ ਆਰ ਕੀਪ ਵੇਟਿੰਗ ਕਿ ਆਪਾਂ ਨੈਕਸਟ ਐਪੀਸੋਡ ਜਲਦੀ ਤੋਂ ਜਲਦੀ ਕਰੀਏ ਤੇ ਮੈਂ ਪ੍ਰੋਮਿਸ ਕਰਦੀ ਹਾਂ ਇਸ ਐਪੀਸੋਡ ਦੇਖਣ ਤੋਂ ਬਾਅਦ ਤੁਹਾਨੂੰ ਵੀ ਬਹੁਤ ਜ਼ਿਆਦਾ ਇੰਤਜ਼ਾਰ ਰਹੇਗਾ ਕਿ ਕਦੋਂ ਸਾਡਾ ਨੈਕਸਟ ਐਪੀਸੋਡ ਆਵੇ ਤੇ ਜ਼ਰੂਰ ਦੱਸਿਓ ਕਮੈਂਟਸ ਦੇ ਵਿੱਚ ਕਿ ਤੁਸੀਂ ਕਿਹੜੇ ਗਾਣੇ ਸੁਣਨਾ ਚਾਹੁੰਦੇ ਹੋ ਤਾਂ ਕਿ ਤੁਹਾਡੀ ਇੱਛਾ ਵੀ ਅਸੀਂ ਪੂਰੀ ਸਾਫ ਤੋਂ ਕੰਪਲੀਟ ਕਰਾ ਸਕੀਏ ਥੈਂਕ ਯੂ ਸੋ ਮੱਚ